ਸਾਡੇ ਨਾਲ ਹਮੀਦ ਹੇਅਰ ਨੇ ਅੱਜ 17 ਅਕਤੂਬਰ ਹੈਗਾ ਭਗਵੰਤ ਮਾਨ ਜੀ ਦਾ ਬਰਥਡੇ ਹੈ ਤੇ ਬਲੱਡ ਡੋਨੇਸ਼ਨ ਕੈਂਪ ਵੱਖ-ਵੱਖ ਏਰੀਆਜ਼ ਵੱਖ-ਵੱਖ ਜ਼ਿਲ੍ਹਿਆਂ 'ਚ ਲਾਇਆ ਜਾ ਰਿਹਾ ਹਮੀਦ ਹੇਅਰ ਜੀ ਅੱਜ ਦਾ ਦਿਨ ਤੁਸੀਂ ਜਿਹੜਾ ਰੁਟੀਨ ਬਣਾਇਆ ਅੱਜ ਤੁਸੀਂ ਪਹੁੰਚੇ ਹੋ ਇੱਥੇ ਚੈਰੀਟੇਬਲ ਟਰਸਟ ਦੇਖੋ ਜੀ ਅੱਜ ਪੂਰੇ ਪੰਜਾਬ 'ਚ ਸਾਡੇ ਜਿਹੜੇ ਵਰਕਰ ਨੇ ਜਾਂ ਜਿਹੜੇ ਪੰਜਾਬ ਦੇ ਲੋਕ ਨੇ ਜਿਹੜੇ ਮਾਨ ਸਾਹਿਬ ਨੂੰ ਪਿਆਰ ਕਰਨ ਵਾਲੇ ਆ ਸਾਰੀ ਜਗ੍ਹਾ ਜਿਹੜੇ ਉਹਨਾਂ ਦੇ ਜਨਮਦਿਨ 'ਤੇ ਬਲੱਡ ਡੋਨੇਸ਼ਨ ਕੈਂਪ ਹੈ ਜਿਹੜੇ ਉਹ ਲਗਾਏ ਜਾ ਰਹੇ ਆ ਕਿਉਂਕਿ ਸਾਨੂੰ ਸਾਰਿਆਂ ਨੂੰ ਜਿਹੜੀ ਬੜੀ ਖੁਸ਼ੀ ਹੈ ਕਿਉਂਕਿ ਸਾਨੂੰ ਪਤਾ ਵੀ ਅੱਜ ਜੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਉਹ ਮਾਨ ਸਾਹਿਬ ਦੇ ਨਾਮ 'ਤੇ ਜਿਹੜੀ ਸਰਕਾਰ ਹੈ ਉਹ ਬਣੀ ਉਹਨਾਂ ਦੇ ਨਾਮ 'ਤੇ ਇਲੈਕਸ਼ਨ ਲੜੀ ਗਈ ਇਕੱਲੀ ਸਰਕਾਰ ਨਹੀਂ ਇਸ ਤੋਂ ਪਹਿਲਾਂ ਵੀ ਜਦੋਂ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਹੋਈ ਅਰਵਿੰਦ ਕੇਜਰੀਵਾਲ ਜੀ ਨੇ ਚਲੋ ਦਿੱਲੀ 'ਚ ਜਿਹੜੀ ਆ ਸ਼ੁਰੂਆਤ ਕੀਤੀ ਪਰ ਪੰਜਾਬ 'ਚ ਮੇਰੇ ਯਾਦ ਹੈ ਕਿ 2014 'ਚ ਜਦੋਂ ਆਮ ਆਦਮੀ ਪਾਰਟੀ ਨੂੰ 4 ਸੀਟਾਂ ਜਿਹੜੀਆਂ ਲੋਕ ਸਭਾ ਦੀਆਂ ਆਈਆਂ ਤਾਂ ਉਹਦੇ ਵਿੱਚ ਵੀ ਸੰਗਰੂਰ ਦੀਆਂ ਮਾਨ ਸਾਹਿਬ ਦੀਆਂ ਵੀਡੀਓ ਦੀ ਜਿਹੜੀਆਂ ਪੂਰੇ ਪੰਜਾਬ 'ਚ ਵਾਇਰਲ ਹੋਈਆਂ ਜਿਹਦੇ ਨਾਲ ਜਿਹੜਾ ਪੂਰੇ ਪੰਜਾਬ ਦੇ ਵਿੱਚ ਮਾਹੌਲ ਹੋਇਆ ਲੋਕ ਜਾਗਰੂਕ ਹੋਏ ਤੇ 4 ਸੀਟਾਂ ਆਈਆਂ ਤੇ ਉਸ ਤੋਂ ਪਹਿਲਾਂ ਵੀ ਮੈਨੂੰ ਲੱਗਦਾ ਵੀ ਮਾਨ ਸਾਹਿਬ ਪਹਿਲੇ ਨਾਨ ਪੋਲੀਟੀਕਲ ਬੰਦੇ ਸੀ ਜਦੋਂ ਬਾਦਲਾਂ ਦਾ ਪੂਰਾ ਖੌਫ ਸੀ ਕੋਈ ਲੀਡਰ ਜ਼ੁਰਤ ਨਹੀਂ ਸੀ ਕਰਦਾ ਉਹਨਾਂ ਦੇ ਬੋਲਣ ਉਹਨਾਂ ਦੇ ਅਗੇਂਸਟ ਬੋਲਣ ਦੀ ਕਾਂਗਰਸ ਵਾਲੇ ਵੀ ਨਹੀਂ ਸੀ ਬੋਲਦੇ ਉਦੋਂ ਮਾਨ ਸਾਹਿਬ ਨੇ ਪਿੰਡਾਂ ਦੀਆਂ ਸੱਥਾਂ 'ਚ ਖੜ ਕੇ ਗਲਤ ਨੂੰ ਗਲਤ ਕਹਿਣਾ ਉਹਨਾਂ ਦੇ ਜਿਹੜੇ ਘਪਲੇ ਸੀ ਲੋਕਾਂ ਸਾਹਮਣੇ ਲਿਆਉਣੇ ਜਿਹੜੇ ਸ਼ੁਰੂ ਕੀਤੇ ਜਦੋਂ ਨਾ ਆਪ ਉਹ MLA ਸੀ ਨਾ MP ਸੀ ਉਸ ਤੋਂ ਬਾਅਦ ਜਿਹੜਾ ਇਹ ਜਾਗ ਹੈ ਜਿਹੜਾ ਇਹ ਲੱਗਿਆ ਅਤੇ ਉੱਥੋਂ ਜਿਹੜੀ ਸ਼ੁਰੂਆਤ ਹੁੰਦੀ ਹੋਈ ਕਾਫਲਾ ਬਣਿਆ ਨਾਲ ਨੌਜਵਾਨ ਚੱਲੇ ਅਤੇ ਜਿਹੜਾ ਉਸ ਤੋਂ ਬਾਅਦ ਜਾ ਕੇ ਜਿਹੜੀ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਜਿਹੜੀ ਸਰਕਾਰ ਹੈ ਉਹ ਬਣੀ ਤੇ ਉਸ ਤੋਂ ਬਾਅਦ ਵੀ ਅੱਜ ਲਗਾਤਾਰ ਠੀਕ ਹੈ ਵਿਰੋਧੀ ਧਿਰ ਨੇ ਜਿਹੜਾ ਨੁਕਤਾਚੀਨੀ ਜਿਹੜੀ ਆ ਉਹ ਕਰਨੀ ਹੁੰਦੀ ਹੈ ਪਰ ਅੱਜ ਵੀ ਇਹ ਪਹਿਲੀ ਵਾਰ ਹੋਊਗਾ ਕਿ ਤਕਰੀਬਨ 1.5 ਸਾਲ ਤੋਂ ਉੱਪਰ ਜਿਹੜਾ ਸਮਾਂ ਉਹ ਹੋ ਚੁੱਕਿਆ ਇੱਕ ਵੀ ਵਿਰੋਧੀ ਧਿਰ ਇਸ ਗੱਲ ਤੇ ਨਹੀਂ ਕਹਿੰਦਾ ਵੀ ਮਾਨ ਸਾਹਿਬ ਦੀ ਜਿਹੜੀ ਇਮਾਨਦਾਰੀ ਦੇ ਵਿੱਚ ਤੇ ਜਿਹੜਾ ਕੋਈ ਕਿੰਤੂ ਪਰੰਤੂ ਕਰਦਾ ਹੋਵੇ ਕੋਈ ਸਵਾਲ ਜਿਹੜਾ ਉਹ ਉਠਾਉਂਦਾ ਹੋਵੇ ਸੋ ਇਹ ਵੱਡੀ ਗੱਲ ਹੈ ਕਿ ਇੰਨਾ ਲੰਬਾ ਸਮਾਂ ਜਿਹੜਾ ਤੁਸੀਂ ਰਾਜਨੀਤੀ 'ਚ ਹੋਵੋ ਤੇ ਤੁਹਾਡਾ ਕਿਰਦਾਰ ਇਸ ਤਰ੍ਹਾਂ ਜਿਹੜਾ ਉਹ ਸਾਫ਼ ਰਹੇ ਸੋ ਅੱਜ ਉਹਨਾਂ ਦਾ ਜਿਹੜਾ ਜਨਮਦਿਨ ਹੈ ਸਾਨੂੰ ਬੜੀ ਖੁਸ਼ੀ ਹੈ ਸੋ ਅਸੀਂ ਅੱਜ ਉਹਨਾਂ ਦੇ ਜਨਮਦਿਨ 'ਤੇ ਉਹਨਾਂ ਦੀ ਲੰਮੀ ਉਮਰ ਦੀ ਜਿਹੜੀ ਕਾਮਨਾ ਵੀ ਕਰਦੇ ਹਾਂ ਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਵੀ ਇਸੇ ਤਰ੍ਹਾਂ ਇਮਾਨਦਾਰੀ ਨਾਲ ਪੰਜਾਬ ਦੀ ਜਿਹੜੀ ਸੇਵਾ ਉਹ ਕਰਦੇ ਬਿਲਕੁਲ ਮਿਸਟਰ ਇੱਕ ਹੋਰ ਸਵਾਲ ਹੈ ਕੁਲਬੀਰ ਜੀਰੇ ਦੀ ਗ੍ਰਿਫਤਾਰੀ ਨੂੰ ਲੈ ਕੇ ਓਪੋਜੀਸ਼ਨ ਪਾਰਟੀਆਂ ਸਵਾਲ ਚੁੱਕ ਰਹੀਆਂ ਹਨ ਜਿਹੜੇ ਰਾਜਾ ਵੜੀਂਗੇ ਉਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਅਸੀਂ ਵਿਰੋਧ ਪ੍ਰਦਰਸ਼ਨ ਕਰਾਂਗੇ ਵੱਡਾ ਜਿਹੜਾ ਹੈਗਾ ਪ੍ਰਦਰਸ਼ਨ ਕੀਤਾ ਜਾਏਗਾ ਸਿਰਫ ਇੱਕ ਬਦਲਾਖੋਰੀ ਦੀ ਨੀਤੀ ਦੇ ਚੱਲਦੇ ਉਹਨਾਂ ਦੀ ਗ੍ਰਿਫਤਾਰੀ ਨਹੀਂ ਦੇਖੋ ਜੇ ਬਦਲਾਖੋਰੀ ਵਾਲੀ ਗੱਲ ਹੋਵੇ ਤਾਂ ਅਸੀਂ ਆਪਦੇ ਵੀ ਜਿਹੜੇ ਸਾਡੇ ਕਿਸੇ ਕੋਈ MLA ਦੇ ਅਗੇਂਸਟ ਕੋਈ ਗੱਲ ਆਉਂਦੀ ਹੈ ਕਿਸੇ ਮੰਤਰੀ ਦੇ ਅਗੇਂਸਟ ਗੱਲ ਆਉਂਦੀ ਹੈ ਤਾਂ ਉਹਨਾਂ ਦੇ ਵੀ ਜਿਹੜੀ ਸਾਡੀ ਸਰਕਾਰ ਤਾਂ ਜਿਹੜੀ ਕਾਰਵਾਈ ਕਰਦੀ ਆ ਬੇਸਿਕਲੀ ਗੱਲ ਇਹ ਹੈ ਕਿ ਪਹਿਲਾਂ ਨਾ ਪੁਲਿਸ ਦਾ ਸਿਆਸੀਕਰਨ ਜਿਹੜਾ ਉਹ ਕੀਤਾ ਜਾਂਦਾ ਸੀ ਜਿਹੜੀ ਮਰਜ਼ੀ ਸਰਕਾਰ ਆਉਂਦੀ ਸੀ ਹੈ ਨਾ ਉਹਨਾਂ ਦੇ ਕਹਿਣ 'ਤੇ SHO DSP SSP ਅਤੇ ਜਿਹਦੇ 'ਤੇ MLA ਕਹਿੰਦਾ ਸੀ ਪਰਚਾ ਦਰਜ ਹੁੰਦਾ ਸੀ ਜਿਹਨੂੰ ਕਹਿੰਦਾ ਸੀ ਵੀ ਆਪਣਾ ਬੰਦਾ ਉਹ ਚਾਹੇ ਬੰਦਾ ਮਾਰ ਕੇ ਘੁੰਮੀ ਜਾਵੇ ਉਹਦੇ 'ਤੇ ਕੋਈ ਕਾਰਵਾਈ ਜਿਹੜੀ ਆ ਉਹ ਨਹੀਂ ਹੁੰਦੀ ਸੀ ਪਹਿਲੀ ਵਾਰ ਹੈ ਵੀ ਪੁਲਿਸ ਨੂੰ ਫਰੀ ਹੈਂਡ ਦਿੱਤਾ ਗਿਆ ਵੀ ਤੁਸੀਂ ਕਿਸੇ ਨਾਲ ਕੋਈ ਲਿਹਾਜ਼ ਨਹੀਂ ਕਰਨੀ ਵਿਜੀਲੈਂਸ ਨੂੰ ਵੀ ਕਿਹਾ ਗਿਆ ਵੀ ਜਿਹਨੇ ਵੀ ਕੋਈ ਸਕੈਮ ਕੀਤਾ ਚਾਹੇ ਪੁਰਾਣੇ ਸਮੇਂ 'ਚ ਕੀਤਾ ਚਾਹੇ ਕੋਈ ਹੁਣ ਕਰ ਰਿਹਾ ਹੈਗਾ ਸਭ 'ਤੇ ਜਿਹੜਾ ਤੁਸੀਂ ਸਕੰਜਾ ਜਿਹੜਾ ਉਹ ਕੱਸੋ ਸੋ ਇਸੇ ਕਰਕੇ ਵਿਜੀਲੈਂਸ ਫਰੀ ਹੈਂਡ ਕੰਮ ਕਰ ਰਹੀ ਹੈ ਇਕੱਲੇ ਕੋਈ ਸਾਬਕਾ ਜਿਹੜੇ ਕਾਂਗਰਸ ਵਾਲੇ ਅਕਾਲੀ ਦਲ ਉਹਨਾਂ ਦੇ ਕਾਰਵਾਈ ਥੋੜ੍ਹੀ ਹੋਈ ਹੈ ਜੇ ਇਕੱਲੇ ਉਹਨਾਂ 'ਤੇ ਹੋ ਰਹੀ ਹੋਵੇ ਤਾਂ ਕਹਿ ਦੇਣ ਵੀ ਬਦਲਾਖੋਰੀ ਹੈ ਸਾਡੇ ਤਾਂ ਆਪਦਿਆਂ 'ਤੇ ਵੀ ਹੁੰਦੀ ਹੋ ਜਾਂਦੀ ਹੈ ਜੇ ਕੋਈ ਸਾਡਾ ਬੰਦਾ ਕੋਈ ਚਾਹੇ ਕੋਈ ਚੇਅਰਮੈਨ ਹੈ ਕੋਈ ਕਿਤੇ ਕੋਈ 19 ਕੀ ਕਰਦਾ ਉਹਦੇ ਵੀ ਕਾਰਵਾਈ ਹੋ ਜਾਂਦੀ ਹੈ ਹਨਾ ਸੋ ਪੁਲਿਸ ਆਪਣਾ ਵਿਜੀਲੈਂਸ ਆਪਣਾ ਕੰਮ ਕਰ ਰਹੀ ਹੈ ਜੇ ਕੋਈ ਪੁਲਿਸ ਦੇ ਕੰਮ 'ਚ ਡਿੱਕਾ ਪਾ ਰਿਹਾ ਤਾਂ ਪੁਲਿਸ ਨੇ ਉਹਦੇ ਕਾਨੂੰਨ ਤੱਕ ਜਿਹੜੀ ਕਾਰਵਾਈ ਜਿਹੜੀ ਹੈ ਉਹ ਕਰਨੀ ਹੈ ਸੋ ਆਉਣ ਵਾਲੇ ਸਮੇਂ 'ਚ ਵੀ ਇਹ ਬਿਲਕੁਲ ਸਾਡੇ CM ਸਾਹਿਬ ਦਾ ਕਲੀਅਰ ਜਿਹੜਾ ਪੁਲਿਸ ਨੂੰ ਆਦੇਸ਼ ਹੈ ਕਿ ਭਾਵੇਂ ਕੋਈ ਸਾਡਾ ਆਪਣਾ ਭਾਵੇਂ ਕੋਈ ਰਿਸ਼ਤੇਦਾਰੀ ਹੈ ਜਿਹੜਾ ਵੀ ਕੋਈ ਪੰਜਾਬ ਦਾ ਪੈਸਾ ਖਾ ਰਿਹਾ ਅਸੀਂ ਇਹੀ ਸਹੁੰ ਖਾ ਕੇ ਆਏ ਵੀ ਅਸੀਂ ਇਮਾਨਦਾਰੀ ਨਾਲ ਕੰਮ ਕਰਨਾ ਉਹ ਵੀ ਪੈਸਾ ਖਾ ਰਿਹਾ ਕਿਸੇ ਨੂੰ ਜਿਹੜਾ ਬਖਸ਼ਿਆ ਉਹ ਨਹੀਂ 1 ਨਵੰਬਰ ਦੇ ਡਿਬੇਟ ਨੂੰ ਲੈ ਕੇ ਲਗਾਤਾਰ ਓਪੋਜੀਸ਼ਨ ਪਾਰਟੀ ਸਵਾਲ ਚੁੱਕ ਰਹੀ ਹੈ ਕਿ ਹੁਣ ਜਿਸ ਤਰ੍ਹਾਂ ਦੀ ਜਿਹੜੇ ਹੈਗੇ ਬਿਆਨ ਦੇ ਰਹੇ CM ਸਾਹਿਬ ਡਾਈਟ ਕੋਕ ਰੱਖ ਦਾਂਗੇ ਕੋਲਡ ਕਾਫੀ ਰੱਖ ਦਾਂਗੇ ਨਹੀਂ ਮੈਂ ਉਹੀ ਹੈ ਜੇ ਸਵਾਲ ਚੁੱਕਣੇ ਆ ਅਸੀਂ ਤਾਂ ਬੁਲਾ ਰਹੇ 1 ਤਰੀਕ ਨੂੰ ਆ ਕੇ ਚੁੱਕਣ ਮੂੰਹ ਤੇ ਬੈਠ ਕੇ ਚੁੱਕਣ ਨਾ ਅਸਲ 'ਚ ਗੱਲ ਇਹ ਹੈ ਕਿ ਵਿਰੋਧੀ ਧਿਰ ਕੋਲੇ ਮਾਨ ਸਾਹਿਬ ਦੀਆਂ ਗੱਲਾਂ ਦਾ ਜਵਾਬ ਕੋਈ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਵੀ ਲੋਕਾਂ ਦੀ ਕਚਹਿਰੀ 'ਚ ਅਸੀਂ ਨੰਗੇ ਹੋਣਾ
ਇਸੇ ਕਰਕੇ ਕਮਰੇ 'ਚ ਬਹਿ ਕੇ ਵੀਡੀਓ ਪਾ ਦਿੰਦੇ ਆ ਮੋਬਾਈਲ ਦੇ ਸਾਹਮਣੇ ਬਿਠਾ ਕੇ। ਆਪਦੇ ਹੀ ਬੰਦੇ ਨੇ ਮੋਬਾਈਲ ਫੜਿਆ ਹੁੰਦਾ, ਹੁਣ ਨਾ ਤਾਂ ਮੋਬਾਈਲ ਨੇ ਸਵਾਲ ਪੁੱਛਣਾ, ਨਾ ਹੀ ਬੰਦੇ ਨੇ ਪੁੱਛਣਾ। ਉੱਥੇ ਪਤਾ ਵੀ ਮਾਨ ਸਾਹਿਬ ਮੂਹਰੇ ਬੈਠੇ ਹੋਣਗੇ, ਇਸੇ ਕਰਕੇ ਗੱਲਾਂ ਦਾ ਜਵਾਬ ਕੋਈ ਨਹੀਂ ਹੋਣਾ। ਇਸੇ ਕਰਕੇ ਇਕੱਲੇ ਸਵਾਲ ਘਰੇ ਬੈਠ ਕੇ ਪੁੱਛ ਰਹੇ ਆ। ਅਸੀਂ ਕਹਿੰਦੇ ਹਾਂ ਵੀ ਜਦੋਂ ਸਾਰਾ ਪੰਜਾਬ ਦੇਖਦਾ ਹੋਊ, ਸਾਰੀ ਦੁਨੀਆ ਦੇਖਦੀ ਹੋਊ, ਤੁਹਾਨੂੰ ਪਲੇਟਫਾਰਮ ਦੇ ਰਹੇ ਹਾਂ, ਤੁਹਾਨੂੰ ਪੁੱਛਣ ਲਈ ਮੌਕਾ ਦੇ ਰਹੇ, ਤੁਸੀਂ ਆਓ ਉੱਥੇ ਪੁੱਛੋ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਵੀ ਕਿਹੜੇ ਦਾ ਕੀ ਕਸੂਰ ਹੈ। ਅਸਲ 'ਚ ਗੱਲ ਉਹੀ ਹੈ ਵੀ ਜਿਨ੍ਹਾਂ ਨੇ ਆਪ ਵਿਧਾਨ ਸਭਾ 'ਚ ਮਤੇ ਪਾਸ ਕੀਤੇ ਹੋਣ, ਜਿਨ੍ਹਾਂ ਨੇ ਚਾਂਦੀ ਦੀਆਂ ਕਹੀਆਂ ਲੈ ਕੇ ਗਏ ਹੋਣ ਟੱਕ ਲਵਾਉਣ ਲਈ, ਜਿਨ੍ਹਾਂ ਨੇ ਜ਼ਮੀਨਾਂ ਐਕਵਾਇਰ ਕੀਤੀਆਂ ਹੋਣ, ਤੇ ਜਿਨ੍ਹਾਂ ਦਾ ਹਰਿਆਣੇ ਦੇ ਮੁੱਖ ਮੰਤਰੀ ਨੇ ਵਿਧਾਨ ਸਭਾ 'ਚ ਖੜ ਕੇ ਧੰਨਵਾਦ ਕੀਤਾ ਹੋਵੇ, ਹੁਣ ਕਿਹੜੇ ਮੂੰਹ ਨਾਲ ਡਿਬੇਟ 'ਚ ਆਉਣਗੇ। ਇਸੇ ਕਰਕੇ ਜਵਾਬ ਕੋਈ ਨਹੀਂ, ਇਸੇ ਕਰਕੇ ਇਕੱਲਾ ਕਮਰੇ 'ਚ ਬੈਠ ਕੇ ਵੀਡੀਓ ਪਾ ਦਿੰਦੇ ਆ। ਪਰ ਪੰਜਾਬ ਦੇ ਲੋਕ ਹੁਣ ਸਾਰਾ ਜਾਣਦੇ ਆ। ਅਸੀਂ ਵੀ ਕਹਿਣੇ ਆ ਵੀ ਜੇ ਤੁਹਾਡੀਆਂ ਲੱਤਾਂ ਭਾਰ ਚੱਲਦੀਆਂ ਨੇ ਤਾਂ ਤੁਸੀਂ ਡਿਬੇਟ 'ਚ ਆਓ ਤੇ ਉੱਥੋਂ ਅੱਗੇ ਗੱਲ ਕਰੋ। ਤਾਂ ਬਿਲਕੁਲ, ਅਮਿਤ ਹੇਅਰ ਤੇ ਹੋਰ ਵੀ ਜਿਹੜੇ ਲੀਡਰਸ ਨੇ ਉਹ ਅੱਜ ਪਹੁੰਚੇ ਨੇ। ਬਲੱਡ ਡੋਨੇਸ਼ਨ ਕੈਂਪ ਲਾਇਆ ਜਾ ਰਿਹਾ ਵੱਖ ਵੱਖ ਜ਼ਿਲ੍ਹਿਆਂ 'ਚ, ਅੱਜ ਬਲੱਡ ਡੋਨੇਸ਼ਨ ਕੈਂਪ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਤਸਵੀਰਾਂ ਤੁਸੀਂ ਵੇਖ ਰਹੇ ਹੋ। ਹਾਲਾਂਕਿ ਕਈ ਮੁੱਦਿਆਂ ਤੇ ਉਹਨਾਂ ਨੇ ਗੱਲਬਾਤ ਕੀਤੀ ਹੈ ਤੇ ਉਸਦੇ ਨਾਲ ਨਾਲ ਬਲੱਡ ਡੋਨੇਸ਼ਨ ਕੈਂਪ ਜਿਹੜਾ ਲਾਇਆ ਜਾ ਰਿਹਾ ਹੈ ਉਹ ਵੀ ਤਸਵੀਰਾਂ ਤੁਹਾਨੂੰ ਦਿਖਦੀ ਹੈ ਕਿ ਕਈ ਲੋਕ ਇੱਥੇ ਪਹੁੰਚੇ ਹੋਏ ਨੇ। ਬਲੱਡ ਡੋਨੇਸ਼ਨ ਕੈਂਪ ਚੱਲ ਰਿਹਾ ਹੈ, ਮੋਹਾਲੀ ਨਹੀਂ, ਅਸੀਂ ਮੋਹਾਲੀ ਮੌਜੂਦ ਹਾਂ। ਈਵਨ ਕਈ ਥਾਂ ਤੇ ਅੱਜ ਬਲੱਡ ਡੋਨੇਸ਼ਨ ਕੈਂਪ ਲਾਇਆ ਜਾ ਰਿਹਾ ਹੈ ਤੇ ਲੋਕੀ ਵੀ ਇੱਥੇ ਬੜ ਚੜ ਕੇ ਹਿੱਸਾ ਲੈਂਦੇ ਨਜ਼ਰ ਆ ਰਹੇ ਨੇ ਤੇ ਤਸਵੀਰਾਂ ਤੁਸੀਂ ਵੇਖ ਰਹੇ ਹੋ। ਇਹ ਮੋਹਾਲੀ ਜ਼ਿਲ੍ਹੇ ਦੇ ਚੈਰੀਟੇਬਲ ਹੋਸਪਿਟਲ ਦੀ ਇਹ ਤਸਵੀਰਾਂ ਨੇ ਜਿੱਥੇ ਇਹ ਬਲੱਡ ਡੋਨੇਸ਼ਨ ਕੈਂਪ ਲਾਇਆ ਜਾ ਰਿਹਾ ਤੇ ਮੀਤ ਹੇਅਰ ਵੱਲੋਂ ਜਿਹੜੀ ਜਾਣਕਾਰੀ ਅਪੋਜੀਸ਼ਨ ਪਾਰਟੀਆਂ ਨੂੰ ਵੀ ਘੇਰਿਆ ਗਿਆ ਕਿ ਕਿਸ ਤਰ੍ਹਾਂ ਲਗਾਤਾਰ ਸਾਡੀ ਪਾਰਟੀ ਕੰਮ ਕਰ ਰਹੀ ਹੈ ਲੇਕਿਨ ਅਪੋਜੀਸ਼ਨ ਪਾਰਟੀ ਸਵਾਲ ਲਗਾਤਾਰ ਚੁੱਕਦੀ ਹੈ। ਦੂਜੇ ਪਾਸੇ ਕੁਲਵੀਰ ਜੀਰੇ ਦੀ ਅਸੀਂ ਗੱਲ ਕਰ ਲਈਏ, ਉਹਦੀ ਵੀ ਗ੍ਰਿਫਤਾਰੀ ਨੂੰ ਲੈ ਕੇ ਜਿਸ ਤਰ੍ਹਾਂ ਅਪੋਜੀਸ਼ਨ ਪਾਰਟੀ ਵੱਲੋਂ ਸਵਾਲ ਚੁੱਕੇ ਗਏ ਨੇ, ਉਹਦੇ ਵੀ ਜਵਾਬ ਦਿੰਦੇ ਨਜ਼ਰ ਆ ਰਹੇ। 1 ਨਵੰਬਰ ਦੀ ਡਿਬੇਟ ਨੂੰ ਲੈ ਕੇ ਉਹਦੇ ਬਾਰੇ ਵੀ ਜਿਹੜੀ ਹੈਗੀ ਗੱਲਬਾਤ ਕਰਦੇ ਨਜ਼ਰ ਆ। ਮੋਹਾਲੀ ਤੋਂ ਕੈਮਰਾਮੈਨ ਅਮਨਪ੍ਰੀਤ ਸਿੰਘ ਨਾਮ ਮਨੋਜ ਰਾਠੀ, ਨਿਊਜ਼ 18 ਪੰਜਾਬ।